ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ सुमन ਪ੍ਰੀਤਕੌਰ ਤੇ ਮੈਂ ਹਾਂ सुमन ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਮਹੱਤਵਪੂਰਨ ਗੁਰਦੁਆਰਿਆਂ ਦੇ ਨਾਲ ਰਿਲੇਟਿਡ ਕੁਝ ਇੰਪੋਰਟੈਂਟ ਐਮਸੀਕਿਊ ਹਾਂਜੀ ਸਾਡੇ ਪੂਰੇ ਭਾਰਤ ਦੇ ਵਿੱਚ ਜਿੰਨੇ ਵੀ ਮਹੱਤਵਪੂਰਨ ਗੁਰਦੁਆਰਾ ਸਾਹਿਬ ਬਣੇ ਹੋਏ ਆ ਸਿੱਖ ਗੁਰੂ ਸਾਹਿਬਾਨ ਦੇ ਨਾਲ ਰਿਲੇਟਿਡ ਜਿਨ੍ਹਾਂ ਦੇ ਨਾਲ ਸਾਡੇ ਸਿੱਖ ਗੁਰੂ ਦੀ ਹਿਸਟਰੀ ਜੁੜੀ ਹੋਈ ਆ ਉਹਨਾਂ ਦੀ ਕੋਈ ਨਾ ਕੋਈ ਯਾਦ ਜੁੜੀ ਹੋਈ ਆ ਉਹ ਸਾਰੇ ਐਮਸੀਕਿਊ ਉਜੋ ਗੁਰੂ ਸਹਿਬਾਨ ਦੇ ਨਾਲ ਸੰਬੰਧਿਤ ਬਣ ਸਕਦੇ ਨੇ ਗੁਰਦੁਵਾਰਿਆਂ ਦੇ ਨਾਲ ਰਿਲੇਟਡ ਉਹ ਅਸੀਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਤੇ ਨਾਲ ਦੀ ਨਾਲ ਮੈਂ ਤੁਹਾਨੂੰ ਦੱਸਾਂਗੀ ਕਿ ਕਿਹੜਾ ਗੁਰਦੁਵਾਰਾ ਕਿਹੜੇ ਗੁਰੂ ਸਹਿਬਾਨ ਦੀ ਯਾਦ ਵਿੱਚ ਬਣਾਇਆ ਗਿਆ ਤੇ ਉਸ ਗੁਰਦੁਵਾਰੇ ਦੀ ਹਿਸਟਰੀ ਕੀ ਆ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਆਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਗੁਰਦੁਵਾਰਾ ਹਰਮੰਦਰ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਹਰਮੰਦਰ ਸਾਹਿਬ ਜਿਸ ਨੂੰ ਅਸੀਂ ਗੋਲਡਨ ਟੈਂਪਲ ਦੇ ਵਜੋਂ ਵੀ ਜਾਣਦੇ ਆ ਜਾਂ ਗੋਲਡਨ ਟੈਂਪਲ ਆਫ ਪੰਜਾਬ ਵੀ ਬੋਲ ਦਿੰਨੇ ਆ ਇਹ ਕਿੱਥੇ ਸਥਿਤ ਹੈ ਤੇ ਇਹ ਤਾਂ ਸਾਨੂੰ ਸਭ ਨੂੰ ਪਤਾ ਜੀ ਅੰਮ੍ਰਿਤਸਰ ਦੇ ਵਿੱਚ ਸਥਿਤ ਆ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਸਿੱਖਾਂ ਦੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਕੀਤੀ ਸੀ 1570 ਈਸਵੀ ਦੇ ਵਿੱਚ ਤੇ 1588 ਈਸਵੀ ਦੇ ਵਿੱਚ ਜਾਨੀ ਕਿ 10 ਸਾਲ ਬਾਅਦ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ ਦੇ ਵਿੱਚ ਹਰਮੰਦਰ ਸਾਹਿਬ ਦਾ ਨੀ ਪੱਥਰ ਖਾਇਆ ਸੀ ਤੇ ਉਸ ਦਾ ਨੀ ਪੱਥਰ ਰੱਖਣ ਲਈ ਸੱਦਾ ਭੇਜਿਆ ਸੀ ਸੂਫੀ ਸੰਤ ਮੀਆਂ ਮੀਰ ਜੀ ਨੂੰ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕੇ ਜੀ ਤੇ ਹਰਮੰਦਰ ਗੁਰਦੁਆਰਾ ਹਰਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਆ ਅੰਮ੍ਰਿਤਸਰ ਦਾ ਪੁਰਾਣਾ ਨਾਮ ਆ RAMDAS PURA ਇਸ ਤੋਂ ਇਲਾਵਾ ਗੁਰਦੁਆਰੇ ਨਾਲ ਸੰਬੰਧਿਤ ਕੁਝ ਇੰਪੋਰਟੈਂਟ ਫੈਕਟ ਦੇਖ ਲੈਣੇ ਆ ਪੰਜਾਬ ਵਿੱਚ ਗੋਲਡਨ ਟੈਂਪਲ ਅੰਮ੍ਰਿਤਸਰ ਇੱਕ ਵਿਸ਼ਵ ਪ੍ਰਸਿੱਧ ਧਾਰਮਿਕ ਸੰਸਥਾ ਹੈ ਜਿਸ ਨੂੰ ਕਿਸੇ ਜਾਣ ਪਛਾਣ ਦੀ ਲੋੜ ਨਹੀਂ ਹੈ 1588 ਵਿੱਚ ਗੁਰੂ ਅਰਜਨ ਦੇਵ ਜੀ ਨੇ ਇਸ ਪਵਿੱਤਰ ਸਥਾਨ ਗੁਰਦੁਆਰੇ ਦਾ ਨੀ ਪੱਥਰ ਰੱਖਿਆ ਅਤੇ 1601 ਦੇ ਵਿੱਚ ਇਹ ਸੰਪੂਰਨ ਹੋ ਗਿਆ ਸੀ ਠੀਕ ਹੈ ਨਹੀਂ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਪੋਜੀਸ਼ਨ ਆ ਗੁਰਦੁਆਰਾ ਬਾਬਾ ਅਟਲ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਬਾਬਾ ਅਟਲ ਸਾਹਿਬ ਇਹ ਕਿੱਥੇ ਸਥਿਤ ਆ ਇਹ ਗੁਰਦੁਆਰਾ ਜੀ ਹਰਮੰਦਰ ਸਾਹਿਬ ਦੇ ਦੱਖਣ ਵੱਲ ਸਥਿਤਤਾ ਜਾਨੀ ਕਿ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਤਾਂ অপਸ਼ਨ ਨੰਬਰ ਏ ਇਜ਼ ਅ ਰਾਈਟ ਆਨਸਰ ਗੁਰਦੁਆਰਾ ਬਾਬਾ ਅਟਲ ਸਾਹਿਬ ਸ੍ਰੀ ਹਰਮੰਦਰ ਸਾਹਿਬ ਦੇ ਦੱਖਣ ਵੱਲ ਸਰਾਏ ਗੁਰੂ ਰਾਮਦਾਸ ਤੋਂ ਲਗਭਗ 185 ਮੀਟਰ ਦੀ ਦੂਰੀ ਤੇ ਸਥਿਤ ਤਾਂ ਤੇ ਨੌ ਮੰਜ਼ਲਾ ਅੱਠ ਪੌਜ ਟਾਵਰ 40 ਮੀਟਰ ਉੱਚਾ ਇਹ ਅੰਮ੍ਰਿਤਸਰ ਦੀ ਸਭ ਤੋਂ ਉੱਚੀ ਇਮਾਰਤ ਆ ਠੀਕ ਹੈ ਇਹ ਵੀ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਕੁਐਸ਼ਨ ਆ ਗੁਰਦੁਆਰਾ ਮੰਜੀ ਸਾਹਿਬ ਕਿੱਥੇ ਸਥਿਤ ਹੈ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਸਭ ਤੋਂ ਪਹਿਲਾਂ ਸਿੱਖਾਂ ਦਾ ਜੋ ਧਾਰਮਿਕ ਸਥਾਨ ਸੀਗਾ ਉਹ ਸੀ ਜੇ ਕਰਤਾਰਪੁਰ ਸਾਹਿਬ ਜੋ ਅੱਜ ਕੱਲ ਪਾਕਿਸਤਾਨ ਦੇ ਵਿੱਚ ਆ ਉਸ ਦੀ ਸਥਾਪਨਾ ਕੀਤੀ ਸੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਸ ਤੋਂ ਬਾਅਦ ਸਿੱਖਾਂ ਦਾ ਧਾਰਮਿਕ ਸਥਾਨ ਰਿਹਾ ਖੰਡੂਰ ਸਾਹਿਬ ਇਸ ਦੀ ਸਥਾਪਨਾ ਕੀਤੀ ਸੀ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਤੋਂ ਬਾਅਦ ਸਿੱਖਾਂ ਦਾ ਧਾਰਮਿਕ ਸਥਾਨ ਬਣਿਆ ਗੋਇੰਦਵਾਲ ਸਾਹਿਬ ਜਾਨੀ ਕਿ ਮੁੱਖ ਕੇਂਦਰ ਜਿੱਥੇ ਸਲਾਮ ਅਸ਼ਵਰੇ ਵੀ ਹੁੰਦੇ ਸੀ ਸਿੱਖ ਧਰਮ ਨਾਲ ਰਿਲੇਟਡ ਉਹ ਗੱਲ ਕਰ ਰਹੀਆਂ ਮੈਂ ਠੀਕ ਹੈ ਤੇ ਗੋਇੰਦਵਾਲ ਸਾਹਿਬ ਗੋਇੰਦਵਾਲ ਦੀ ਸਥਾਪਨਾ ਸ੍ਰੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਫਿਰ ਚੌਥੇ ਗੁਰੂ ਨੇ ਗੁਰਦੁਆਰਾ ਅੰਮ੍ਰਿਤਸਰ ਬਸਾਇਆ ਠੀਕ ਹੈ ਅੰਮ੍ਰਿਤਸਰ ਦੇ ਵਿੱਚ ਜੋ ਹਰਮੰਦਰ ਸਾਹਿਬ ਬਣਿਆ ਮਣਾ ਇਹ ਸਾਡੇ ਫਿਰ ਜਦੋਂ ਗੁਰੂ ਰਾਮਦਾਸ ਜੀ ਨੇ ਗੁਰਦੁਆਰਾ ਆਪਾਂ ਕਹਿ ਸਕਦੇ ਸੈਰ ਦੀ ਸਥਾਪਨਾ ਕੀਤੀ ਸੀ ਤਾਂ ਸਿੱਖਾਂ ਦਾ ਜਿਹੜਾ ਧਾਰਮਿਕ ਇਕ ਗਤੀਵਿਧੀਆਂ ਦਾ ਕੇਂਦਰ ਆ ਉਹ ਹਰਮੰਦਰ ਸਾਹਿਬ ਨੇ ਮੰਨਿਆ ਗਿਆ ਸੀ ਤੇ ਅੱਜ ਤੱਕ ਸਿੱਖਾਂ ਦਾ ਜੋ ਵੀ ਧਾਰਮਿਕ ਗਤੀਵਿਧੀਆਂ ਹੁੰਦੀਆਂ ਨੇ ਉਸ ਦਾ ਜਿਹੜਾ ਮੁੱਖ ਕੇਂਦਰ ਆ ਉਹ ਅੰਮ੍ਰਿਤਸਰ ਦੇ ਵਿੱਚ ਹੀ ਆ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਠੀਕ ਹੈ ਤੇ ਸਭ ਤੋਂ ਪਹਿਲਾਂ ਕਰਤਾਰਪੁਰ ਸੀ ਗੁਰਦੁਆਰਾ ਮੰਜੀ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਮੰਜੀ ਸਾਹਿਬ ਕਿੱਥੇ ਸਥਿਤ ਤਾਂ ਗੁਰਦੁਆਰਾ ਮੰਜੀ ਸਾਹਿਬਾ ਜੀ ਇਹ ਲੁਧਿਆਣਾ ਦੇ ਵਿੱਚ ਸਥਿਤ ਆ অপਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣ ਤੁਸੀਂ ਦੇਖੋ ਗੁਰਦੁਆਰਾ ਮੰਜੀ ਸਾਹਿਬ ਇੱਕ ਵਾਰ ਧਿਆਨ ਨਾਲ ਸੁਣੋ ਮੰਜੀ ਪ੍ਰਥਾ ਦੀ ਸਥਾਪਨਾ ਹੋਈ ਸੀ ਸਿੱਖ ਧਰਮ ਦੇ ਵਿੱਚ ਜਿਹੜੀ ਗੁਰੂ ਅਮਰਦਾਸ ਜੀ ਨੇ ਕੀਤੀ ਸੀ ਗੁਰੂ ਅਮਰਦਾਸ ਜੀ ਸਿੱਖਾਂ ਦੇ ਵਿਰਧ ਅਵਸਥਾ ਦੇ ਵਿੱਚ ਗੁਰੂ ਬਣੇ ਸੀ ਤੁਸੀਂ ਦੇਖੋ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਹੋਇਆ ਤੇ ਗੁਰੂ ਅਮਰਦਾਸ ਜੀ ਦਾ 1479 ਈਸਵੀ ਨੂੰ ਹੋਇਆ ਸਿਰਫ 10 ਸਾਲ ਛੋਟੇ ਸੀਗੇ ਗੁਰੂ ਅਮਰਦਾਸ ਜੀ ਜੋ ਸਾਡੇ ਸਿੱਖਾਂ ਦੇ ਤੀਜੇ ਗੁਰੂ ਸਨ ਤੇ ਉਹਨਾਂ ਨੇ ਫਿਰ ਉਹ ਵਿਰਧ ਅਵਸਥਾ ਦੇ ਵਿੱਚ ਗੁਰੂ ਬਣੇ ਸੀ ਉਹਨਾਂ ਲਈ ਥੋੜਾ ਔਖਾ ਸੀਗਾ ਜਗਾ ਜਗਾ ਜਾ ਕੇ ਸਿੱਖ ਧਰਮ ਦਾ ਪ੍ਰਚਾਰ ਕਰਨਾ ਇਸ ਕਰਕੇ ਉਹਨਾਂ ਨੇ 22 ਮੰਝੀਆਂ ਸਥਾਪਿਤ ਕੀਤੀਆਂ ਸੀ ਮੰਜੀ ਪ੍ਰਥਾ ਸ਼ੁਰੂ ਕੀਤੀ ਸੀ ਤੇ ਹਰੇਕ ਮੰਜੀ ਦਾ ਮੰਜੀਦਾਰ ਰੱਖ ਦਿੱਤਾ ਜਿਹੜੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰਦੇ ਸੀ ਤੇ ਜੋ ਵੀ ਉਹਨਾਂ ਨੂੰ ਤਾਂ ਮਾਇਆ ਵਗੈਰਾ ਇਕੱਠੀ ਹੁੰਦੀ ਸੀ ਜਾਂ ਕੋਈ ਪੇਟ ਚੜਾ ਕੇ ਜਾਂਦਾ ਸੀਗਾ ਪੇਟ ਠੀਕ ਹੈ ਤਾਂ ਉਹ ਲਿਆ ਕੇ ਗੋਇੰਦਵਾਲ ਗੁਰੂ ਜੀ ਦੇ ਧਾਰਮਿਕ ਕਾਰਜਾਂ ਦੇ ਲਈ ਚੜਾ ਦਿੰਦੇ ਸੀ ਠੀਕ ਹੈ ਇਸ ਤਰ੍ਹਾਂ ਤੇ ਗੁਰਦੁਆਰਾ ਮੰਜੀ ਸਾਹਿਬ ਦੇਖ ਕੇ ਤੁਸੀਂ ਕਦੇ ਵੀ ਗੋਇੰਦਵਾਲ ਦੀ ਟਿਕ ਨਹੀਂ ਕਰਨਾ ਹੈਗਾ ਆਪਸ਼ਨ ਨੂੰ ਗੁਰਦੁਆਰਾ ਮੰਜੀ ਸਾਹਿਬਾ ਜੋ ਇਹ ਲੁਧਿਆਣਾ ਦੇ ਵਿੱਚ ਆ ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਤੇ ਗੁਰਦੁਆਰਾ ਮੰਜੀ ਸਾਹਿਬ ਇਸ ਨੂੰ ਆਲਮਗੀਰ ਸਾਹਿਬ ਵੀ ਕਿਹਾ ਜਾਂਦਾ ਵਾ ਇਹ ਪਿੰਡ ਆਲਮਗੀਰ ਲੁਧਿਆਣਾ ਗਿੱਲ ਰੋਡ ਵਿੱਚ ਸਥਿਤ ਆ ਤੇ ਗੁਰੂ ਗੋਬਿੰਦ ਸਿੰਘ ਜੀ ਇਸ ਥੇ ਥੋੜੇ ਸਮੇਂ ਲਈ ਠਹਿਰੇ ਸੀ ਨੈਕਸਟ ਹੈ ਤਖਤ ਸ਼੍ਰੀ ਦਮਦਮਾ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਤਖਤ ਸ਼੍ਰੀ ਦਮਦਮਾ ਸਾਹਿਬ ਤਖਤ ਸ਼੍ਰੀ ਦਮਦਮਾ ਸਾਹਿਬ ਕਿਸ ਜਗ੍ਹਾ ਤੇ ਸਥਿਤ ਆ ਜੀ ਜਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਂਦਾ ਬਠਿੰਡੇ ਦੇ ਵਿੱਚ ਪੈਂਦਾ ਵਾ অপশন নাম্বার এ ইজ আ রাইট আনসার সো ਤੁਸੀਂ ਧਿਆਨ ਦੇ ਵਿੱਚ ਰੱਖਣਾ ਦਮਦਮਾ ਦਾ ਸਬਦੀ ਕਰਤਾ ਸਾਹ ਲੈਣ ਵਾਲੀ ਥਾਂ ਅਤੇ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਲਈ ਇੱਕ ਸਥਾਨ ਸੀ ਜੋ ਇੱਕ ਜੋ ਇੱਕ ਲੜਾਈ ਲੜਨ ਤੋਂ ਬਾਅਦ ਤਲਵੰਡੀ ਸਾਬੋ ਵਿੱਚ ਆਰਾਮ ਕੀਤਾ ਗਿਆ ਸੀ ਤਲਵੰਡੀ ਸਾਬੋ ਬਠਿੰਡਾ ਪੰਜਾਬ ਤੋਂ ਲਗਭਗ 28 ਕਿਲੋਮੀਟਰ ਦੂਰ ਆ ਤੇ ਦਮਦਮਾ ਸਾਹਿਬ ਸਿੱਖ ਧਰਮ ਦੇ ਤਖਤਾਂ ਵਿੱਚੋਂ ਇੱਕ ਆ ਇਹ ਇਤਿਹਾਸਿਕ ਤੌਰ ਤੇ ਵੀ ਇੱਕ ਮਹੱਤਵਪੂਰਨ ਸਥਾਨ ਕਿਉਂਕਿ ਇਹ ਉਹ ਥਾਂ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਾ ਸੰਸਕਰਣ ਕਰਵਾਇਆ ਸੀ ਜਾਨੀ ਕਿ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਐਡ ਕਰਵਾਈ ਸੀਗੀ ਠੀਕ ਹੈ ਨੈਕਸਟ ਹੈ ਗੁਰਦੁਆਰਾ ਮਜਨੂ ਕਾ ਟਿੱਲਾ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਮਜਨੂ ਕਾ ਟਿੱਲਾ ਇਹ ਦਿੱਲੀ ਦੇ ਵਿੱਚ ਸਥਿਤ ਆ অপশন নাম্বার এ ইজ দা রাইট আনসার ক্লিয়ার ਹੁਣ ਦਿੱਲੀ ਦੇ ਵਿੱਚ ਸਥਿਤ ਤਾਂ ਥੋੜਾ ਬਤ ਇਨਾਰੇ ਜਾਣ ਲੈਣੇ ਆ ਗੁਰਦੁਆਰਾ ਸਾਹਿਬਾਰੇ ਗੁਰਦੁਆਰਾ ਮਜਨੂ ਕਾ ਟਿੱਲਾ ਖੈਬਰ ਦਰੇ ਤੋਂ ਪਾਰ ਤੇ ਮਾਰਪੁਰ ਕਲੋਨੀ ਦੇ ਸਾਹਮਣੇ ਯਮੁਨਾ ਨਦੀ ਦੇ ਸੱਜੇ ਕੰਢੇ ਤੇ ਸਥਿਤ ਤਾਂ ਇਸ ਸਥਾਨ ਦਾ ਨਾਮ ਇੱਕ ਟਿੱਲੇ ਦੇ ਨਾਮ ਉੱਤੇ ਰੱਖਿਆ ਗਿਆ ਜਿੱਥੇ ਮਜਨੂ ਇੱਕ ਕਿਸ਼ਤੀ ਵਾਲਾ ਜੋ ਲੋਕਾਂ ਨੂੰ ਯਮੁਨਾ ਨਦੀ ਦੇ ਪਾਰ ਮੁਫਤ ਵਿੱਚ ਲੈ ਕੇ ਜਾਂਦਾ ਸੀ ਗੁਰੂ ਨਾਨਕ ਦੇਵ ਜੀ ਨੂੰ ਮਿਲਿਆ ਸੀ ਠੀਕ ਹੈ ਇੱਥੇ ਨੈਕਸਟ ਹੈ ਗੁਰਦੁਆਰਾ ਨਾਨਕ ਚੀਰਾ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਨਾਨਕ ਚੀਰਾ ਸਾਹਿਬ ਇਹ ਕਿੱਥੇ ਸਥਿਤਾ ਕਰਨਾਟਕ ਦੇ ਵਿੱਚ অপਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ ਠੀਕ ਹੈ ਜੀ ਤੇ ਗੁਰਦੁਆਰਾ ਨਾਨਕ ਚੀਰਾ ਸਾਹਿਬ ਕਰਨਾਟਕ ਦੇ ਬੇਦਰ ਵਿੱਚ ਸਥਿਤ ਇੱਕ ਸਿੱਖ ਇਤਿਹਾਸਿਕ ਅਸਥਾਨ ਦੱਖਣੀ ਭਾਰਤ ਦੀ ਆਪਣੀ ਦੂਸਰੀ ਸੋਰੀ ਦੱਖਣੀ ਭਾਰਤ ਦੀ ਆਪਣੀ ਦੂਸਰੀ ਉਦਾਸੀ ਦੇ ਦੌਰਾਨ ਗੁਰੂ ਨਾਨਕ ਦੇਵ ਜੀ ਇੱਥੇ ਆਏ ਸਨ ਨੈਕਸਟ ਹੈ ਗੁਰਦੁਆਰਾ ਸ਼੍ਰੀ ਹੇਮਕੁੰਡ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਸ਼੍ਰੀ ਗੁਰੂ ਸ਼੍ਰੀ ਹੇਮਕੁੰਡ ਸਾਹਿਬ ਇਹ ਉੱਤਰਾਖੰਡ ਰਾਜ ਦੇ ਵਿੱਚ ਪੈ ਜਾਂਦਾ ਆਪਸ਼ਨ A ਇਸ ਦਾ ਰਾਈਟ ਆਨਸਰ ਤੇ ਗੁਰਦੁਆਰਾ ਹੇਮਕੁੰਡ ਸਾਹਿਬ ਬਾਰੇ ਜਾਣ ਲੈਣੇ ਆ ਗੁਰਦੁਆਰਾ ਹੇਮਕੁੰਡ ਸਾਹਿਬ ਉੱਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਸਥਿਤ ਆ ਅਤੇ ਆਪਣੀ ਆਰਕੀਟੈਕਚਰ ਲਈ ਜਾਣਿਆ ਜਾਂਦਾ ਵਾ ਇਹ ਸਥਾਨ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ ਆ ਨੈਕਸਟ ਹੈ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਕਿੱਥੇ ਸਥਿਤ ਹੈ ਪੌਂਟਾ ਸਾਹਿਬ ਦੀ ਸਥਾਪਨਾ ਆਪਣੇ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ ਸੀ ਤੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਹੈ ਜੀ অপਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੈ ਇਹ ਗੁਰਦੁਆਰਾ ਪੌਂਟਾ ਸਾਹਿਬ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਵਿੱਚ ਜਮੁਨਾ ਨਦੀ ਦੇ ਕੰਢੇ ਸਥਿਤਾ ਇਸ ਦੀ ਪ੍ਰਸਿੱਧੀ ਦਾ ਕਾਰਨ ਉਸ ਥਾਣਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਪਵਿੱਤਰ ਦਸਮ ਗ੍ਰੰਥ ਲਿਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਗ੍ਰੰਥ ਲਿਖਿਆ ਸੀ ਨਾ ਤਾਂ ਉਹ ਸ਼੍ਰੀ ਗੁਰੂ ਸ਼੍ਰੀ ਪੌਂਟਾ ਸਾਹਿਬ ਦੇ ਵਿੱਚ ਲਿਖਿਆ ਗਿਆ ਸੀ ਠੀਕ ਹੈ ਤੇ ਗੁਰਦੁਆਰਾ ਸ਼੍ਰੀ ਪੌਂਟਾ ਸਾਹਿਬ ਤੁਸੀਂ ਧਿਆਨ ਦੇ ਵਿੱਚ ਰੱਖਣਾ ਤੁਹਾਨੂੰ ਇਹ ਵੀ ਪੁੱਛਿਆ ਜਾ ਸਕਦਾ ਕਿ ਕਿਹੜੀ ਨਦੀ ਦੇ ਕਿਨਾਰੇ ਸਥਿਤ ਤਾਂ ਯਮੁਨਾ ਦੇ ਕਿਨਾਰੇ ਸਥਿਤ ਤਾਂ ਨੈਕਸਟ ਹੈ ਗੁਰਦੁਆਰਾ ਫਤਿਹਗੜ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਫਤਿਹਗੜ ਸਾਹਿਬ ਗੁਰਦੁਆਰਾ ਫਤਿਹਗੜ ਸਾਹਿਬ ਕਿੱਥੇ ਸਥਿਤ ਹੈ ਜੀ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਹਾਂਜੀ ਗੁਰਦੁਆਰਾ ਫਤਿਹਗੜ ਸਾਹਿਬ ਨਾ ਫਤਿਹਗੜ ਦੇ ਵਿੱਚ ਹੀ ਸਥਿਤ ਆ ਫਤਿਹਗੜ ਸਾਹਿਬ ਆਪਣੇ ਪੰਜਾਬ ਦੇ ਵਿੱਚ ਪੈਂਦਾ ਮੈਂ ਇੱਥੇ ਆਪਸ਼ਨਸ ਨਹੀਂ ਐਡ ਕੀਤੀਆਂ ਗਿਆ ਬਾਈ ਮਿਸਟੇਕ ਆਪਸ਼ਨਸ ਆ ਜਿਹੜੀਆਂ ਐਡ ਨਹੀਂ ਹੋਈਆਂ ਮੇਰੇ ਤੋਂ ਫਤਿਹਗੜ੍ਹ ਸਾਹਿਬ ਦੀ ਜਾਂ ਪੰਜਾਬ ਦੀ ਕਹਿ ਲਓ ਇੱਥੇ ਵਿਹਾਰ ਦੀ ਜਗ੍ਹਾ ਤੇ ਆਪਾਂ ਪੰਜਾਬ ਆਪਸ਼ਨ ਕਰ ਸਕਦੇ ਸੀਗੇ ਤਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਸਥਿਤ ਆ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਹਿਬਜ਼ਾਦੇ ਆ ਸਾਹਿਬਜ਼ਾਦਾ ਯੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤਾ ਜਿਨ੍ਹਾਂ ਨੂੰ ਸਰਹੰਦ ਦੇ ਤਤਕਾਲੀ ਫੌਜਦਾਰ ਵਜ਼ੀਰ ਖਾਨ ਦੁਆਰਾ 1704 ਵਿੱਚ ਨੀਹਾਂ ਦੇ ਵਿੱਚ ਛਣਵਾ ਦਿੱਤਾ ਗਿਆ ਸੀ ਨੈਕਸਟ ਹੈ ਹਾਂਜੀ ਨੈਕਸਟ ਐਮਸੀਕਿਊ ਸੀ ਕਰਦੇ ਹਾਂ ਗੁਰਦੁਆਰਾ ਦਰਬਾਰ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਦਰਬਾਰ ਸਾਹਿਬ ਤਾਂ ਗੁਰਦੁਆਰਾ ਦਰਬਾਰ ਸਾਹਿਬ ਜੀ ਕਿੱਥੇ ਸਥਿਤ ਹੈ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਤਰਨ ਤਾਰਨ ਦੇ ਵਿੱਚ ਆਪਸ਼ਨ ਨੰਬਰ A ਇਸ ਦਾ ਰਾਈਟ ਆਨਸਰ ਹੈ ਤਰਨ ਤਾਰਨ ਸ਼ਰਦੀ ਸਥਾਪਨਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਸਾਡੇ ਸਿੱਖਾਂ ਦੇ ਪੰਜਵੇਂ ਗੁਰੂ ਆ ਤੇ ਸਿੱਖ ਧਰਮ ਦੇ ਵਿੱਚ ਪਹਿਲੀ ਸ਼ਹੀਦੀ ਦੇਣ ਵਾਲੇ ਪਹਿਲੇ ਸ਼ਹੀਦ ਹੋਣ ਵਾਲੇ ਗੁਰੂ ਆ ਠੀਕ ਹੈ ਤਾਂ ਤਰਨ ਤਾਰਨ ਸਾਹਿਬ ਦੇ ਵਿੱਚ ਹੈ ਜੀ ਗੁਰਦੁਆਰਾ ਦਰਬਾਰ ਸਾਹਿਬ ਆਪਸ਼ਨ A ਇੱਥੇ ਰਾਈਟ ਆਨਸਰ ਹੈ ਤੇ ਇਸ ਦੀ ਸਥਾਪਨਾ ਗੁਰੂ ਅਰਜਨ ਦੇਵ ਜੀ ਨੇ ਕੀਤੀ ਸੀ ਇਸ ਗੁਰਦੁਆਰੇ ਵਿੱਚ ਪੰਜਾਬ ਦਾ ਸਭ ਤੋਂ ਵੱਡਾ ਸਰੋਵਰ ਆ। ਨੈਕਸਟ ਹੈ ਗੁਰਦੁਆਰਾ 나ਡਾ ਸਾਹਿਬ ਕਿੱਥੇ ਸਥਿਤ ਹੈ? ਹਾਂਜੀ ਗੁਰਦੁਆਰਾ 나ਡਾ ਸਾਹਿਬ। ਗੁਰਦੁਆਰਾ 나ਡਾ ਸਾਹਿਬ ਜੀ ਇਹ ਹਰਿਆਣਾ ਦੇ ਵਿੱਚ ਸਥਿਤ ਆ। ਆਪਸ਼ਨ ਨੰਬਰ A ਇਜ਼ ਅ ਰਾਈਟ ਆਨਸਰ। ਠੀਕ ਹੈ। ਗੁਰਦੁਆਰਾ 나ਡਾ ਸਾਹਿਬ ਪੰਚਕੁੱਲਾ ਵਿੱਚ ਸ਼ਿਵਾਲਕ ਦੀਤਲ ਹੱਟੀ ਵਿੱਚ ਕੱਗਰ ਨਦੀ ਦੇ ਕੰਢੇ ਸਥਿਤ ਆ। ਇਹ ਸਿੱਖਾਂ ਦਾ ਪ੍ਰਸਿੱਧ ਧਾਰਮਿਕ ਸਥਾਨ ਆ। 1688 ਵਿੱਚ ਪੰਗਾਣੀ ਦੀ ਲੜਾਈ ਤੋਂ ਬਾਅਦ ਪੌਂਟਾ ਸਾਹਿਬ ਤੋਂ ਆਨੰਦਪੁਰ ਸਾਹਿਬ ਦੀ ਯਾਤਰਾ ਦੌਰਾਨ ਗੁਰੂ ਗੋਬਿੰਦ ਸਿੰਘ ਜੀ ਇੱਥੇ ਰੁਕੇ ਸਨ ਨੈਕਸਟ ਹੈ ਗੁਰਦੁਆਰਾ ਕੰਦ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਕੰਦ ਸਾਹਿਬ ਬਟਾਲਾ ਦੇ ਵਿੱਚ ਸਥਿਤ ਆਪਸ਼ਨ ਡੀ ਇਜ਼ ਆ ਰਾਈਟ ਆਨਸਰ ਠੀਕ ਹੈ ਜੀ ਬਟਾਲਾ ਦੇ ਵਿੱਚ ਗੁਰਦੁਆਰਾ ਕੰਦ ਸਾਹਿਬ ਸਥਿਤ ਤਾਂ ਤੇ ਬਟਾਲਾ ਗੁਰਦ ਗੁਟਾ ਬਟਾਲੀ ਦੀ ਜੇਕਰ ਅਸੀਂ ਗੱਲ ਕਰੀਏ ਨਾ ਗੁਰਦਾਸਪੁਰ ਵਿੱਚ ਸਥਿਤ ਇੱਥੇ ਬਾਈ ਮਿਸਟੇਕ ਮੈਂ ਗੁਰਦਾਸਪੁਰ ਐਡ ਕੀਤਾ ਇੱਥੇ ਆਪਸ਼ਨ ਬਠਿੰਡੇ ਦੀ ਆ ਠੀਕ ਹੈ ਗੁਰਦਾਸਪੁਰ ਜ਼ਿਲ੍ਹਾ ਪੈਂਦਾ ਵਾ ਬਟਾਲੇ ਨੂੰ ਠੀਕ ਹੈ ਤੇ ਬਟਾਲਾ ਗੁਰਦਾਸਪੁਰ ਵਿੱਚ ਸਥਿਤ ਤਾਂ ਇਹ ਪਵਿੱਤਰ ਸਥਾਨ 1487 ਵਿੱਚ ਗੁਰੂ ਨਾਨਕ ਦੇਵ ਜੀ ਦੇ ਵਿਆਹ ਨਾਲ ਜੁੜਿਆ ਹੋਇਆ ਏ ਇੱਥੇ ਗੁਰੂ ਜੀ ਸੁਲਤਾਨਪੁਰ ਲੋਧੀ ਤੋਂ ਲਾੜੇ ਦੇ ਰੂਪ ਵਿੱਚ ਆਏ ਸਨ ਨੈਕਸਟ ਹੈ ਗੁਰਦੁਆਰਾ ਸ਼ੀਸਗੰਜ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਸ਼ੀਸਗੰਜ ਸਾਹਿਬ ਆਪਣੇ ਆਨੰਦਪੁਰ ਸਾਹਿਬ ਵਿੱਚ ਵੀ ਸਥਿਤ ਤਾਂ ਤੇ ਦਿੱਲੀ ਦੇ ਵਿੱਚ ਵੀ ਸਥਿਤ ਤਾਂ ਦੇਖੋ ਹੁਣ ਮੈਂ ਤੁਹਾਨੂੰ ਦੱਸਦੀ ਆਪ ਤੁਹਾਨੂੰ ਸਭ ਨੂੰ ਪਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਸ਼ਹਾਦਤ ਦਿੱਤੀ ਸੀ ਆਪਣੇ ਨੌਵੇਂ ਪਾਤਸ਼ਾਹ ਨੇ ਹਿੰਦੂਆਂ ਦੀ ਰੱਖਿਆ ਦੇ ਲਈ ਠੀਕ ਹੈ ਕਸ਼ਮੀਰੀ ਪੰਡਤਾਂ ਦੀ ਰੱਖਿਆ ਦੇ ਲਈ ਇਸ ਕਰਕੇ ਇਹਨਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਤੇ ਜਦੋਂ ਕਸ਼ਮੀਰੀ ਪੰਡਤ ਜੀ ਗੁਰੂ ਜੀ ਕੋਲ ਆਏ ਸੀ ਆਪਣੀ ਫਰਿਆਦ ਲੈ ਕੇ ਕਿ ਔਰੰਗਜੀਬ ਸਾਨੂੰ ਤੱਕੇ ਨਾਲ ਮੁਸਲਮਾਨ ਬਣਾ ਰਿਹਾ ਤਾਂ ਉਸ ਸਮੇ ਗੁਰੂ ਜੀ ਬੋਲੇ ਸੀ ਕਿ ਇਸ ਸਮੇ ਕਿਸੇ ਮਹਾਨ ਮਹਾਪੁਰਖ ਦੀ ਕੁਰਬਾਨੀ ਦੀ ਲੋੜ ਆ ਤਾਂ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ 9 ਸਾਲ ਸੀ ਉਹ ਕਹਿੰਦੇ ਤੁਹਾਡੇ ਨਾਲ ਉਹ ਮਹਾਨ ਮਹਾਪੁਰਖ ਇਸ ਦੁਨੀਆ ਤੇ ਕੌਣ ਹੋ ਸਕਦਾ ਪਿਤਾ ਜੀ ਤਾਂ ਇਹ ਸੁਣ ਕੇ ਫਿਰ ਉਹ ਆਪਣੀ ਕੁਰਬਾਨੀ ਦੇਣ ਲਈ ਦਿੱਲੀ ਗਏ ਤਾਂ ਅਗੋ ਔਰੰਗਜ਼ੇਬ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਦੀ ਰੱਖਿਆ ਕਰਨ ਦੇ ਲਈ ਇਕੱਲੇ ਆਏ ਹੋ ਤੁਹਾਡੇ ਚਦਾਂ ਦੀ ਕਿਹੜੀ ਸ਼ਕਤੀ ਹੈ ਵੀ ਤੁਸੀਂ ਇਕੱਲੇ ਆ ਗਏ ਤਾਂ ਗੁਰੂ ਜੀ ਨੇ ਉਹਨਾਂ ਤੋਂ ਇੱਕ ਕਾਪੀ ਪੈਨ ਮੰਗਿਆ ਕੁਝ ਲਿਖਿਆ ਤੇ ਆਪਣੇ ਗਲ ਦੇ ਵਿੱਚ ਪਾ ਲਿਆ ਤੇ ਉਹਨਾਂ ਨੂੰ ਕਹਿੰਦੇ ਕਿ ਹੁਣ ਤੁਸੀਂ ਮੇਰਾ ਸਿਰ ਕੱਟੋ ਮੇਰਾ ਸਿਰ ਮੇਰੀ ਨਾਲੋਂ ਅਲੱਗ ਨਹੀਂ ਹੋਵੇਗਾ ਤਾਂ ਉਹ ਜਦੋਂ ਉੱਥੋਂ ਦਾ ਜਿਹੜਾ ਜਲਾਲ ਸੀ ਠੀਕ ਹੈ ਜਲਾਲ ਸੀ ਜਲਾਲ ਆਇਆ ਸੀ ਘੋੜਾ ਲੈ ਕੇ ਗੁਰੂ ਜੀ ਦੇ ਅੱਗੇ ਤਾਂ ਗੁਰੂ ਜੀ ਦਾ ਸਿਰ ਜਿਹੜਾ ਨਾਲੋਂ ਅਲੱਗ ਹੋ ਗਿਆ ਸੀ ਤੇ ਉਹਨਾਂ ਨੇ ਬਾਅਦ ਵਿੱਚ ਪਰਚੀ ਪੜੀ ਉੱਤੇ ਲਿਖਿਆ ਸੀ ਕਿ ਅਸੀਂ ਸਿਰ ਦੇਤਾ ਪਰ ਸਿੱਖੀ ਸਿੱਧਕ ਨਹੀਂ ਜਾਣ ਦਿੱਤਾ ਮਤਲਬ ਅਸੀਂ ਆਪਣਾ ਧਰਮ ਨਹੀਂ ਗਵਾਇਆ ਵੀ ਕਿਸੇ ਲਈ ਧਰਮ ਗਵਾਉਣਾ ਇੰਨਾ ਆਸਾਨ ਨਹੀਂਗਾ ਜਾਂ ਕਿਸੇ ਕੋਈ ਹੋਰ ਧਰਮ ਅਪਣਾਉਣਾ ਜਿੰਨਾ ਉਹ ਸਮਝਦੇ ਸੀਗੇ ਤੇ ਉਹਨਾਂ ਨੇ ਕਿਹਾ ਤਾਂ ਇੱਥੋਂ ਇਹ ਸਾਨੂੰ ਉਹਨਾਂ ਨੂੰ ਸਿੱਖਿਆ ਮਿਲੀ ਸੀਗੀ ਮਤਲਬ ਜੋ ਧੱਕੇ ਨਾਲ ਬਣਾ ਰਹੇ ਸੀਗੇ ਮੁਸਲਮਾਨ ਤਾਂ ਉਹਨਾਂ ਨੇ ਕੀ ਕੀਤਾ ਉਸ ਤੋਂ ਬਾਅਦ ਭਾਈ ਜੇਤਾ ਜੀ ਨਾਲ ਸੀਗੇ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਜੀ ਦੇ ਨਾਲ ਤਪਾਈ ਜੇਤਾ ਜੀ ਨੇ ਗੁਰੂ ਜੀ ਦਾ ਪਵਿੱਤਰ ਸ਼ੀਸ਼ ਚੱਕ ਕੇ ਆਨੰਦਪੁਰ ਸਾਹਿਬ ਲੈ ਆਏ ਸੀ ਤੇ ਆਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਪਵਿੱਤਰ ਸ਼ੀਸ਼ ਦਾ ਸੰਸਕਾਰ ਕੀਤਾ ਉੱਥੇ ਗੁਰਦੁਆਰਾ ਸ਼ੀਸ਼ਗੰਜ ਆਨੰਦਪੁਰ ਸਾਹਿਬ ਬਣਿਆ ਹੋਇਆ ਤੇ ਜਿੱਥੇ ਗੁਰੂ ਗੋਬਿੰਦ ਗੁਰੂ ਤੇਗ ਬਹਾਦਰ ਜੀ ਨੂੰ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਵਿੱਚ ਚਾਂਦਰੀ ਚੌਕ ਦੇ ਵਿੱਚ ਸ਼ਹੀਦ ਕੀਤਾ ਗਿਆ ਉੱਥੇ ਗੁਰਦੁਆਰਾ ਸ਼ੀਸ਼ਗੰਜ ਸਾਹਿਬ ਦਿੱਲੀ ਬਣਿਆ ਹੋਇਆ ਏ ਠੀਕ ਹੈ ਇਸ ਕਰਕੇ ਹੁਣ ਆਪਸ਼ਨ ਤੇ ਡਿਪੈਂਡ ਕਰਦਾ ਉਸ ਤੋਂ ਬਾਅਦ ਸ੍ਰੀ ਗੁਰੂ ਤੇ ਬੇਗ ਬਹਾਦਰ ਜੀ ਦੀ ਜੋ ਪਵਿੱਤਰ ਧੜ ਸੀ ਉਸ ਨੂੰ ਲੱਖੀ ਸਾਹਿਲ ਉਭਾਣਾ ਠੀਕ ਹੈ ਸੌਰੀ ਲੱਖੀ ਸਾ ਲੱਖੀ ਸਾ ਚੁੱਕ ਕੇ ਆਪਣੀ ਝੋਪੜੀ ਦੇ ਵਿੱਚ ਲੈ ਆਇਆ ਸੀ ਤੇ ਲੱਖੀ ਸਾ ਨੇ ਕੀ ਕੀਤਾ ਸੀਗਾ ਝੋਪੜੀ ਨੂੰ ਹੀ ਅੱਗ ਲਗਾ ਦਿੱਤੀ ਸੀਗੀ ਤਾਂ ਜੋ ਗੁਰੂ ਜੀ ਦੇ ਪਵਿੱਤਰ ਧੜ ਦਾ ਸੰਸਕਾਰ ਹੋ ਸਕੇ ਤੇ ਉੱਥੇ ਗੁਰਦੁਆਰਾ ਰਿਕਾਵ ਗੰਜ ਦਿੱਲੀ ਬਣਿਆ ਹੋਇਆ ਏ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਤਾਂ ਆਪਸ਼ਨ ਨੰਬਰ ਏ ਇੱਥੇ ਰਾਈਟ ਆਨਸਰ ਹੈ ਗੁਰਦੁਆਰਾ ਸ਼ੀਸ ਗੰਜ ਸਾਹਿਬ ਦਿੱਲੀ ਦੇ ਵਿੱਚ ਸਥਿਤਤਾ ਹਾਂਜੀ ਥੋੜਾ ਵਾਤਾ ਜਦੋਂ ਮੈਂ ਬੋਲ ਰਹੀ ਆ ਤਾਂ ਕਈ ਵਾਰ ਇਦਾਂ ਵਾ ਕਿ ਜਵਾਨ ਫਿਸਲ ਜਾਂਦੀ ਆ ਜਿਵੇਂ ਗੁਰੂ ਤੇਗ ਬਹਾਦਰ ਜੀ ਦੀ ਜਗ੍ਹਾ ਤੇ ਗੁਰੂ ਗੋਬਿੰਦ ਸਿੰਘ ਜੀ ਬਾਰ ਬਾਰ ਬੋਲਿਆ ਜਾ ਰਿਹਾ ਸੀ ਤਾਂ ਉਸ ਮਾੜੀ ਜਿਹੀ ਛੋਟੀ ਜਿਹੀ ਮਿਸਟੇਕ ਆ ਵੈਸੇ ਤਾਂ ਪਰ ਮੈਂ ਫਿਰ ਵੀ ਮਾਫੀ ਮੰਗਦੀ ਆ ਕਿ ਇਤਿਹਾਸ ਦੱਸਦੇ ਸਮੇ ਜੇ ਮੇਰੇ ਤੋਂ ਕੋਈ ਗਲਤੀ ਹੋ ਜੇ ਤਾਂ ਸੌਰੀ ਨੈਕਸਟ ਡੇ ਆਪਾਂ ਗੁਰਦੁਆਰਾ ਸ਼ੀਸਗੰਜ ਸਾਹਿਬ ਦਾ ਇਤਿਹਾਸ ਦੇਖ ਲੈਨੇ ਆ ਵੈਸੇ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਗੁਰਦੁਆਰਾ ਸ਼ੀਸਗੰਜ ਸਾਹਿਬ ਪੁਰਾਣੀ ਦਿੱਲੀ ਦੇ ਚਾਂਦੀ ਚੌਂਕ ਖੇਤਰ ਵਿੱਚ ਉਸ ਥਾਂ ਤੇ ਬਣਾਇਆ ਗਿਆ ਜਿੱਥੇ ਨੌਵੇਂ ਸਿੱਖ ਗੁਰੂ ਤੇਗ ਬਹਾਦਰ ਜੀ ਦਾ 11 ਨਵੰਬਰ 1675 ਈਸਵੀ ਨੂੰ ਇਸਲਾਮ ਵਿੱਚ ਪਰਿਵਰਤਿਤ ਕਰਨ ਤੋਂ ਇਨਕਾਰ ਕਰਨ ਤੇ ਸਿਰ ਕਲਮ ਕੀਤਾ ਗਿਆ ਸੀ ਹੁਣ ਤੁਸੀਂ ਦੇਖੋ ਜਿਹੜੇ ਸਟੂਡੈਂਟਸ ਨੇ ਸਬ ਇਨਸਪੈਕਟਰ ਦਾ ਐਗਜ਼ਾਮ ਦਿੱਤਾ ਨਾ ਉਹਦੇ ਵਿੱਚ ਪੁੱਛਿਆ ਗਿਆ ਸੀ ਕੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਕਦੋਂ ਮਨਾਈ ਜਾਂਦੀ ਆ ਤਾਂ ਇਹ ਵੀ ਹੁਣ ਤੁਸੀਂ ਧਿਆਨ ਦੇ ਵਿੱਚ ਰੱਖਣਾ 11 ਨਵੰਬਰ ਨੂੰ ਸ਼ਹੀਦੀ ਦਿਵਸ ਜਿਹੜਾ ਮਨਾਇਆ ਜਾਂਦਾ ਨੈਕਸਟ ਹੈ ਗੁਰਦੁਆਰਾ ਮਣੀ ਕਰਨ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਮਣੀ ਕਰਨ ਸਾਹਿਬ ਕਿੱਥੇ ਸਥਿਤ ਹੈ ਗੁਰਦੁਆਰਾ ਮਣੀ ਕਰਨ ਸਾਹਿਬ ਜੀ ਜਲਦੀ ਨਾਲ ਦੱਸੋ ਜਿਹੜੇ ਸਟੂਡੈਂਟਸ ਨੂੰ ਪਤਾ ਹਿਮਾਚਲ ਪ੍ਰਦੇਸ਼ ਦੇ ਵਿੱਚ ਸਥਿਤ ਆਪਸ਼ਨ ਸੀ ਇਜ਼ ਦਾ ਰਾਈਟ ਆਂਸਰ ਠੀਕ ਹੈ ਜੀ ਤੇ ਇੱਥੇ ਗੁਰੂ ਨਾਨਕ ਦੇਵ ਜੀ ਨੇ ਇੱਕ ਚਟਾਨ ਚੁੱਕੀ ਅਤੇ ਉਸ ਸਥਾਨ ਤੋਂ ਭੋਜਨ ਬਣਾਉਣ ਲਈ ਇੱਕ ਗਰਮ ਚਸ਼ਮਾ ਪ੍ਰਗਟ ਹੋਇਆ ਸੀ ਮਣੀਕਰਨ ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਵਿੱਚ ਪੁੰਤਰ ਤੇ ਉੱਤਰ ਪੱਛਮ ਉੱਤਰ ਪੂਰਬ ਵੱਲ ਵਿਆਸ ਦੀ ਸਹਾਇਕ ਨਦੀ ਪਾਰਵਤੀ ਦੀ ਘਾਟੀ ਵਿੱਚ ਸਥਿਤ ਹੈ ਨੈਕਸਟ ਹੈ ਗੁਰਦੁਆਰਾ ਬਾਉਲੀ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਬਾਉਲੀ ਸਾਹਿਬ ਗੋਇੰਦਵਾਲ ਵਿਖੇ ਸਥਿਤ ਹੈ ਤੇ ਗੁਰ ਬਾਉਲੀ ਦਾ ਨਿਰਮਾਣ ਕਰਵਾਇਆ ਸੀ ਗੁਰੂ ਅਮਰਦਾਸ ਜੀ ਨੇ অপਸ਼ਨ ਏ ਇਸ ਦਾ ਰਾਈਟ ਆਨਸਰ ਗੋਇੰਦਵਾਲ ਸਾਹਿਬ ਦੇ ਵਿੱਚ ਜ਼ਿਲ੍ਹਾ ਤਰਨਤਾਰਨ ਪੈਂਦਾ ਜੀ ਪੰਜਾਬ ਦੇ ਵਿੱਚ ਤੇ ਇੱਥੇ 84 ਪੌੜੀਆਂ ਵਾਲੀ ਇੱਕ ਬਾਉਲੀ ਪੌੜੀਆਂ ਵਾਲਾ ਖੂਗਾ ਬਣਾਇਆ ਗਿਆ ਸੀ ਤੇ ਗੁਰੂ ਅੰਗਦ ਦੇਵ ਜੀ ਨੇ ਆਪਣੇ ਵਫਾਦਾਰ ਅਨੁਜਾਈ ਭਾਈ ਅਮਰਦਾਸ ਜੀ ਨੂੰ ਗੋਇੰਦਵਾਲ ਬਣਾਉਣ ਦੇ ਪ੍ਰੋਜੈਕਟ ਦੀ ਨਿਗਰਾਨੀ ਕਰਨ ਲਈ ਕਿਹਾ ਇਸ ਦਾ ਸਬੰਧ ਤੀਜੇ ਗੁਰੂ ਜੀ ਸ੍ਰੀ ਗੁਰੂ ਅਮਰਦਾਸ ਜੀ ਨਾਲ ਕੁਝ ਇਤਿਹਾਸਕਾਰ ਸਰੋਤਾਂ ਨੇ ਦੱਸਿਆ ਕਿ ਬੌਲੀ ਸਾਹਿਬ ਦੀ ਸ਼ੁਰੂਆਤ ਗੁਰੂ ਅੰਗਦ ਦੇਵ ਜੀ ਨੇ ਕੀਤੀ ਤੇ ਕੁਝ ਦਾ ਕਹਿਣਾ ਕਿ ਅਮਰਦਾਸ ਜੀ ਨੇ ਸ਼ੁਰੂ ਕੀਤੀ ਸੀ ਠੀਕ ਹੈ ਅਤੇ ਗੁਰੂ ਅਮਰਦਾਸ ਜੀ ਨੇ ਸੰਪੂਰਨ ਕਰਵਾਇਆ ਪਰ ਅਸਲੀ ਸੱਚ ਇਹੀ ਆ ਕਿ ਗੋਇੰਦਵਾਲ ਦੇ ਵਿੱਚ ਬੌਲੀ ਦਾ ਨਿਰਮਾਣ ਗੁਰੂ ਅਮਰਦਾਸ ਜੀ ਨੇ ਹੀ ਕਰਵਾਇਆ ਸੀ ਨੈਕਸਟ ਹੈ ਗੁਰੂ ਕਾ ਮਹਿਲ ਕਿੱਥੇ ਸਥਿਤ ਹੈ ਹਾਂਜੀ ਗੁਰੂ ਕਾ ਮਹਿਲ ਤੁਸੀਂ ਸੁਣਿਆ ਹੋਣਾ ਗੁਰੂ ਕੇ ਮਹਿਲ ਬਾਰੇ ਅੰਮ੍ਰਿਤਸਰ ਦੇ ਵਿੱਚ ਸਥਿਤ ਆ ਆਪਸ਼ਨ A ਇਸ ਆ ਰਾਈਟ ਆਨਸਰ ਗੁਰੂ ਕਾ ਮਹਿਲ ਚੌਥੇ ਸਿੱਖ ਗੁਰੂ ਗੁਰੂ ਰਾਮਦਾਸ ਜੀ ਨੇ 1573 ਈਸਵੀ ਵਿੱਚ ਗੁਰੂ ਕਾ ਮਹਿਲ ਨਿਮਾਣੀ ਕੁਟਿਆ ਬਣਵਾਈ ਸੀ ਤੇ ਸ਼੍ਰੀ ਗੁਰੂ ਰਾਮਦਾਸ ਜੀ ਦਾ ਨਿਵਾਸ ਸਥਾਨ ਸੀ ਨੈਕਸਟ ਹੈ ਗੁਰਦੁਆਰਾ ਪੱਥਰ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਪੱਥਰ ਸਾਹਿਬ ਗੁਰਦੁਆਰਾ ਪੱਥਰ ਸਾਹਿਬ ਜੀ ਲਦਾਖ ਦੀ ਕੈਪੀਟਲ ਲੇ ਦੇ ਵਿੱਚ ਸਥਿਤ ਆ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਲਦਾਖ ਤੇ ਗੁਰਦੁਆਰਾ ਪੱਥਰ ਸਾਹਿਬ ਲੇ ਤੋਂ ਲਗਭਗ 25 ਮੀਲ ਦੂਰ ਲੇ ਕਾਰਗਿਲ ਸੜਕ ਤੇ ਸਮੁੰਦਰ ਤਲ ਤੋਂ 1200 12000 ਫੁੱਟ ਦੀ ਉਚਾਈ ਤੇ ਆ ਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਉਸਾਰਿਆ ਗਿਆ ਇੱਕ ਸੁੰਦਰ ਗੁਰਦੁਆਰਾ ਹੈ ਗੁਰਦੁਆਰਾ ਪੱਥਰ ਸਾਹਿਬ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਹੈ ਨੈਕਸਟ ਹੈ ਗੁਰਦੁਆਰਾ ਪੰਜਾ ਸਾਹਿਬ ਹਾਂਜੀ ਗੁਰਦੁਆਰਾ ਪੰਜਾ ਸਾਹਿਬ ਕਿੱਥੇ ਸਥਿਤ ਹੈ ਗੁਰਦੁਆਰਾ ਪੰਜਾ ਸਾਹਿਬ ਜੀ ਪਾਕਿਸਤਾਨ ਦੇ ਵਿੱਚ ਸਥਿਤ ਤਾਂ ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ ਤੇ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿੱਚ 라ਵਲਪਿੰਡੀ ਤੋਂ 48 ਕਿਲੋਮੀਟਰ ਦੂਰ ਹਸਨ ਅਬਦਾਲ ਵਿਖੇ ਸਥਿਤਾ ਇਹ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸਥਾਨਾਂ ਵਿੱਚੋਂ ਇੱਕ ਆ ਕਿਉਂਕਿ ਉਹ ਉਸ ਥਾਂ ਦੀ ਨਿਸ਼ਾਨਦੇਹੀ ਕਰਦਾ ਜਿੱਥੇ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਨੇ ਆਪਣੇ ਅਨੁਜਾਇਆਂ ਲਈ ਇੱਕ ਮਹੱਤਵਪੂਰਨ ਸਵਕ ਦਿੱਤਾ ਸੀ ਤੇ ਗੁਰੂ ਨਾਨਕ ਦੇਵ ਜੀ ਦੇ ਹੱਥ ਦੇ ਛਾਪੇ ਵਾਲੀ ਪਵਿੱਤਰ ਚਟਾਨ ਜਾਨੀ ਕਿ ਪੱਥਰ ਅਜੇ ਵੀ ਇੱਥੇ ਦਿਖਾਇਆ ਜਾਂਦਾ ਹੈ ਜਾ ਦਿਖਾਈ ਗਈ ਹੈ ਠੀਕ ਹੈ ਸੌਰੀ ਨੈਕਸਟ ਹੈ ਗੁਰਦੁਆਰਾ ਕਤਲਗੜ੍ਹ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਕਤਲ ਕਤਲਗੜ੍ਹ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਵਿੱਚ ਜਾਂ ਰੂਪੜ ਦੇ ਵਿੱਚ ਸਥਿਤ ਆ ਠੀਕ ਹੈ ਤੇ ਗੁਰਦੁਆਰਾ ਕਤਲਗੜ੍ਹ ਸਾਹਿਬ ਚਮਕੌਰ ਸਾਹਿਬ ਦੇ ਵਿੱਚ ਸਥਿਤ ਆ ਆਪਸ਼ਨ A ਇਜ਼ ਦਾ ਰਾਈਟ ਆਨਸਰ ਜ਼ਿਲ੍ਹਾ ਕਿਹੜਾ ਪੈਂਦਾ ਰੋਪੜ ਨੈਕਸਟ ਹਾਂਜੀ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਵਿਖੇ ਸਥਿਤ ਆ ਇਹ ਉਸ ਸਥਾਨ ਦੀ ਨਿਸ਼ਾਨਦੇਹੀ ਕਰਦਾ ਜਿੱਥੇ 1704 ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਅਤੇ ਸਾਹਿਬਜ਼ਾਦਾ ਯੂਜ਼ਾ ਸਿੰਘ ਸਮੇਤ ਸਿੱਖਾਂ ਅਤੇ ਮੁਗਲ ਫੌਜਾਂ ਵਿਚਕਾਰ ਵੱਡੀ ਲੜਾਈ ਹੋਈ ਸੀ ਇਹ ਆ ਗੁਰਦੁਆਰਾ ਕਤਲਗੜ ਸਾਹਿਬ ਤੇ ਕਤਲ ਦੀ ਗੜੀ ਵੀ ਕਿਹਾ ਜਾਂਦਾ ਨੈਕਸਟ ਹੈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਤਾਂ ਇਹ ਪਟਿਆਲਾ ਦੇ ਵਿੱਚ ਸਥਿਤ ਆ ਆਪਸ਼ਨ A ਇਸ ਦਾ ਰਾਈਟ ਆਨਸਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਇਹ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਤੇ ਗੁਰਦੁਆਰੇ ਵਿੱਚ ਮੌਜੂਦਾਂ ਪੁਰਾਣੇ ਹੱਥ ਲਿਖਤ ਦਸਤਾਵੇਜ਼ ਅਨੁਸਾਰ ਲੇਹਲ ਦੇ ਇੱਕ ਪਿੰਡ ਵਾਸੀ ਭਾਗ RAM ਨੇ ਲਾਗਲੇ ਸਹਿਰ ਸੈਫਾਵਾਦ ਜਿਸ ਨੂੰ ਹੁਣ ਬਹਾਦਰਗੜ ਕਿਹਾ ਜਾਂਦਾ ਵਿੱਚ ਜਾ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬੇਨਤੀ ਕੀਤੀ ਸੀ ਕਿ ਉਹ ਪਿੰਡ ਲਹਿਲ ਦੇ ਦਰਸ਼ਨ ਕਰਨ ਅਤੇ ਉਸ ਇਲਾਕੇ ਨੂੰ ਆਸ਼ੀਸ਼ ਦੇਣ ਦੀ ਬੇਨਤੀ ਕਰਨ ਜੋ ਕਿ ਇੱਕ ਘਾਤਕ ਅਤੇ ਰਹਾਸਮਈ ਬਿਮਾਰੀ ਨਾਲ ਗ੍ਰਸਤ ਸੀਗਾ ਠੀਕ ਹੈ ਤੇ ਇਹ ਸੁਣ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਗੀ ਅਮਾਗ ਸੁਦੀ ਪੰਜ ਨੂੰ 1728 ਬਿਕਰਮ ਤੇ 24 ਜਨਵਰੀ 1672 ਨੂੰ ਪਿੰਡ ਲਹਿਲ ਚਲੇ ਗਏ। ਗੁਰੂ ਜੀ ਨੇ ਪਿੰਡ ਦੇ ਛੱਪੜ ਦੇ ਨਾਲ-ਨਾਲ ਇੱਕ ਬੋਹੜ ਦੇ ਦਰਖਤ ਹੇਠਾਂ ਉਪਦੇਸ਼ ਅਤੇ ਸਿਮਰਨ ਕਰਕੇ ਕੁਝ ਸਮਾਂ ਬਿਤਾਇਆ। ਥੋੜੀ ਦੇਰ ਬਾਅਦ ਪਿੰਡ ਉਸ ਮਾਰੂ ਬਿਮਾਰੀ ਤੋਂ ਛੁਟਕਾਰਾ ਪਾ ਗਿਆ। ਤਾਂ ਦੁੱਖ ਨਿਵਾਰਣ ਸਾਹਿਬ ਉਸ ਸਥਾਨ ਦਾ ਨਾਮ ਸੀ ਜਿੱਥੇ ਗੁਰੂ ਜੀ ਬੈਠੇ ਸਨ ਜਿਸ ਦਾ ਸਬਦੇ ਅਰਥ ਸੀ ਦੁੱਖਾਂ ਨੂੰ ਦੂਰ ਕਰਨਾ। ਤੇ ਤਲਾਬ ਆਪਣੇ ਇਲਾਜ ਦੇ ਗੁਣਾ ਲਈ ਮਸ਼ਹੂਰ ਹੋ ਗਿਆ ਸੀ। ਨੈਕਸਟ ਹੈ ਗੁਰਦੁਆਰਾ ਬੰਗਲਾ ਸਾਹਿਬ ਕਿੱਥੇ ਸਥਿਤ ਹੈ ਤੁਸੀਂ ਸੁਣਿਆ ਹੋਣਾ ਗੁਰਦੁਆਰਾ ਬੰਗਲਾ ਸਾਹਿਬ ਸਾਡੇ ਬਾਲ ਗੁਰੂ ਦੇ ਨਾਲ ਸੰਬੰਧਿਤ ਆ ਠੀਕ ਹੈ ਤੇ ਦਿੱਲੀ ਦੇ ਵਿੱਚ ਸਥਿਤ ਆ ਕਿਉਂਕਿ ਗੁਰੂ ਜੀ ਨੇ ਛੋਟੀ ਉਮਰ ਦੇ ਵਿੱਚ 5 ਸਾਲ ਦੀ ਉਮਰ ਦੇ ਵਿੱਚ ਗੁਰੂ ਬਣੇ ਸੀਗੇ ਤੇ ਇੰਨੇ ਛੋਟੀ ਉਮਰ ਦੇ ਵਿੱਚ ਗੁਰੂ ਸੀ ਇਸ ਕਰਕੇ ਉਹ ਇੰਨੀ ਛੋਟੀ ਉਮਰ ਦੇ ਵਿੱਚ ਸਿੱਖ ਧਰਮ ਦਾ ਪ੍ਰਚਾਰ ਕਰ ਰਹੇ ਸੀ ਤਾਂ ਔਰੰਗਜੀਵ ਨੇ ਉਹਨਾਂ ਨੂੰ ਮਿਲਣ ਲਈ ਦਿੱਲੀ ਬੁਲਾਇਆ ਸੀ ਪਰ ਰਸਤੇ ਵਿੱਚ ਜਾਂਦਿਆਂ ਗੁਰੂ ਜੀ ਦੇ ਮਾਤਾ ਨਿਕਲ ਆਈ ਸੀਗੀ ਤੇ ਦਿੱਲੀ ਜਦੋਂ ਪਹੁੰਚੇ ਤਾਂ ਉੱਥੇ ਹੀ ਉਹ ਜੋਤੀ ਜੋਤ ਸਮਾ ਗਈ। ਇਸ ਲਾਸਟ ਤੇ ਉਹਨਾਂ ਨੇ ਸਿਰਫ ਇੰਨਾ ਹੀ ਬੋਲਿਆ ਬਾਬਾ ਜਿਹਦਾ ਮਤਲਬ ਸੀ ਕਿ ਅਗਲੇ ਗੁਰੂ ਤੁਹਾਨੂੰ ਬਾਬਾ ਬਕਾਲਾ ਦੇ ਵਿੱਚ ਮਿਲਣਗੇ ਪਿੰਡ ਬਕਾਲਾ ਦੇ ਵਿੱਚ ਮਿਲਣਗੇ ਠੀਕ ਹੈ ਗੁਰਦੁਆਰਾ ਬੰਗਲਾ ਸਾਹਿਬ ਕਿੱਥੇ ਸਥਿਤ ਹੈ ਦਿੱਲੀ ਦੇ ਵਿੱਚ ਸਥਿਤ ਹੈ ਇਹ ਦਿੱਲੀ ਵਿੱਚ ਸਥਿਤ ਤਾਂ ਤੇ ਇਹ ਗੁਰੂ ਹਰਕ੍ਰਿਸ਼ਨ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੀ ਨੈਕਸਟ ਹੈ ਗੁਰਦੁਆਰਾ 베ਰ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ 베ਰ ਸਾਹਿਬ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਸਥਿਤ ਹੈ অপਸ਼ਨ ਡੀ ਇਸ ਆ ਰਾਈਟ ਆਨਸਰ ਗੁਰਦੁਆਰਾ 베ਰ ਸਾਹਿਬ ਸੁਲਤਾਨਪੁਰ ਲੋਧੀ ਕਪੂਰਥਲਾ ਜ਼ਿਲ੍ਹੇ ਵਿੱਚ ਪੈਂਦਾ ਵਾ ਪੰਜਾਬ ਦੇ ਵਿੱਚ ਆ ਠੀਕ ਹੈ ਇੱਥੇ ਗੁਰੂ ਨਾਨਕ ਦੇਵ ਜੀ ਨੇ ਕਾਲੀ ਬੇਈ ਵਿੱਚ ਇਸ਼ਨਾਨ ਕੀਤਾ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਨੂੰ ਗਿਆਨ ਪ੍ਰਾਪਤ ਹੋਇਆ ਸੀ ਕਾਲੀ ਬੇਈ ਨਦੀ ਦੇ ਵਿੱਚ ਤਿੰਨ ਦਿਨ ਗੁਰੂ ਜੀ ਆਲੋਪ ਰਹੇ ਆਲੋਪ ਹੋਣ ਤੋਂ ਬਾਅਦ ਜਦੋਂ ਉਹ ਬਾਹਰ ਆਏ ਤਾਂ ਉਹਨਾਂ ਨੇ ਇਹ ਉਚਾਰਿਆ ਕਿ ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ ਉਹਨਾਂ ਨੂੰ ਇਹ ਗਿਆਨ ਪ੍ਰਾਪਤ ਹੋਇਆ ਸੀ ਠੀਕ ਹੈ ਤੇ ਫਿਰ ਪ੍ਰਾਪਤ ਹੋਏ ਗਿਆਨ ਦਾ ਪ੍ਰਚਾਰ ਕਰਨ ਲਈ ਗੁਰੂ ਨਾਨਕ ਦੇਵ ਜੀ ਨੇ ਉਦਾਸੀਆਂ ਕੀਤੀਆਂ ਸੀ ਨੈਕਸਟ ਹੈ ਗੁਰਦੁਆਰਾ ਡੇਰਾ ਬਾਬਾ ਨਾਨਕ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਡੇਰਾ ਬਾਬਾ ਨਾਨਕ ਇਸ ਸਥਿਤ ਹੈ ਜੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ অপਸ਼ਨ ਨੰਬਰ ਡੀ ਇਸ ਆ ਰਾਈਟ ਆਨਸਰ ਡੇਰਾ ਬਾਬਾ ਨਾਨਕ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਭਾਰਤ ਪਾਕਿਸਤਾਨ ਸਰਹੰਦ ਤੋਂ ਸਿਰਫ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਸਰਹੰਦ ਤੋਂ ਲਗਭਗ 4-5 ਕਿਲੋਮੀਟਰ ਦੀ ਦੂਰੀ ਤੇ ਨੰਗੀਆਂ ਅੱਖਾਂ ਨਾਲ ਦੇਖਿਆ ਜਾ ਸਕਦਾ ਡੇਰਾ ਬਾਬਾ ਨਾਨਕ ਵਿਖੇ ਦੋ ਪ੍ਰਸਿੱਧ ਗੁਰਦੁਆਰਾ ਸ਼੍ਰੀ ਦਰਵਾਰ ਸਾਹਿਬ ਅਤੇ ਸ਼੍ਰੀ ਚੋਲਾ ਸਾਹਿਬ ਬਣਿਆ ਹੋਇਆ ਇਹ ਗੁਰੂ ਨਾਨਕ ਦੇਵ ਜੀ ਦੇ ਯਾਦ ਵਿੱਚ ਬਣਾਇਆ ਗਿਆ ਨੈਕਸਟ ਹੈ ਗੁਰਦੁਆਰਾ ਕਰਤਾਰਪੁਰ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਕਰਤਾਰਪੁਰ ਸਾਹਿਬ ਪਿੰਡ ਕਰਤਾਰਪੁਰ ਦੇ ਵਿੱਚ ਹੀ ਸਥਿਤ ਹੈ অপশন এ ইজ দা রাইট আনসার পেন্ড কারतारপুর রাভি دریا ਦੇ ਪਸ਼ਮੀ ਕੰਡੇ ਤੇ ਸਥਿਤ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਸਾਲ ਬਿਤਾਏ ਇਹ ਉਹ ਵਾਲਾ ਕਰਤਾਰਪੁਰ ਆ ਜਿਹੜਾ ਪਾਕਿਸਤਾਨ ਦੇ ਵਿੱਚ ਪੈਂਦਾ ਇੱਕ ਕਰਤਾਰਪੁਰ ਆਪਣੀ ਜਲੰਧਰ ਦੇ ਨਾਲ ਵੀ ਆ ਜਿਹੜਾ ਜਲੰਧਰ ਦੇ ਨਾਲ ਆ ਇਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਸਾਇਆ ਸੀ ਤੇ ਜਿਹੜਾ ਪਾਕਿਸਤਾਨ ਦੇ ਵਿੱਚ ਆ ਇਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਸਾਇਆ ਸੀ ਠੀਕ ਹੈ ਤਾਂ ਗੁਰਦੁਆਰਾ ਫਤਿਹਗੜ ਸਾਹਿਬ ਪਿੰਡ ਕਰਤਾਰਪੁਰ ਰਾਵੀ ਦਰਿਆ ਦੇ ਪੱਛਮੀ ਕੰਢੇ ਤੇ ਸਥਿਤ ਤਾਂ ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਲਾਸਟ ਵਾਲੇ 18 ਸਾਲ ਬਿਤਾਏ ਸਨ ਨੈਕਸਟ ਹੈ ਗੁਰਦੁਆਰਾ ਥਮ ਸਾਹਿਬ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਥਮ ਸਾਹਿਬ ਜਿਹੜਾ ਕਰਤਾਰਪੁਰ ਜਲੰਧਰ ਦੇ ਵਿੱਚ ਹੈ ਨਾ ਉੱਥੇ ਸਥਿਤ ਤਾਂ ਆਪਸ਼ਨ A ਇੱਥੇ ਰਾਈਟ ਆਨਸਰ ਹੈ ਕਰਤਾਰਪੁਰ ਨੈਕਸਟ ਹੈ ਜੇ ਕਰਤਾਰਪੁਰ ਜਲੰਧਰ ਦੀ ਸਥਾਪਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤੇ ਸੀ ਕਰਤਾਰਪੁਰ ਆਪਣੇ ਫਰਨੀਚਰ ਉਦਯੋਗ ਲਈ ਮਸ਼ਹੂਰ ਆ ਤੁਹਾਨੂੰ ਪੁੱਛਿਆ ਜਾ ਸਕਦਾ ਤੁਸੀਂ ਸੁਣਿਆ ਵੀ ਹੋਣਾ ਫਰਨੀਚਰ ਸਿਟੀ ਆਫ ਪੰਜਾਬ ਬੋਲਿਆ ਜਾਂਦਾ ਕਰਤਾਰਪੁਰ ਨੂੰ ਗੁਰੂ ਗੁਰੂ ਹਰगोबिंद ਜੀ ਦੇ ਦੋ ਪੁੱਤਰ ਸੂਰਜਮਲ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਕਰਤਾਰਪੁਰ ਵਿਖੇ ਵਿਆਹੀ ਗਏ ਸਨ ਗੁਰੂ ਅਰਜਨ ਦੇਵ ਦੁਆਰਾ ਸੰਕਲਿਤ ਸੰਕਲਿਤ ਅਤੇ ਪ੍ਰਮਾਣਿਤ ਆਦ ਗ੍ਰੰਥ ਨਾਮਕ ਗ੍ਰੰਥ ਦੀ ਅਸਲ ਕਾਪੀ ਗੁਰਦੁਆਰਾ ਥੰਮ ਸਾਹਿਬ ਵਿਖੇ ਰੱਖੀ ਗਈ। ਕਈ ਇਤਿਹਾਸਕਾਰਾਂ ਦਾ ਹੀ ਮੰਨਵਾ ਪਰ ਕਈ ਇਤਿਹਾਸਕਾਰ ਕਹਿੰਦੇ ਆ ਕਿ ਕਰਤਾਰਪੁਰ ਦੇ ਵਿੱਚ ਰੱਖੀ ਗਈ ਸੀ। ਅ ਠੀਕੇ ਕਰਤਾਰਪੁਰ ਜਾਨੀ ਕਿ ਜਲੰਧਰ ਦੇ ਵਿੱਚ ਗੁਰਦੁਆਰਾ ਥੰਮ ਸਾਹਿਬ ਦੇ ਵਿੱਚ ਰੱਖੀ ਗਈ ਸੀ। ਨੈਕਸਟ ਹੈ ਗੁਰਦੁਆਰਾ ਰਾਮ ਸਰ ਸਾਹਿਬ ਅੰਮ੍ਰਿਤਸਰ ਕਿੱਥੇ ਸਥਿਤ ਹੈ? ਹਾਂਜੀ ਗੁਰਦੁਆਰਾ ਰਾਮਸਰ ਜਾਨੀ ਕਿ ਅੰਮ੍ਰਿਤਸਰ ਦੇ ਵਿੱਚ ਹੀ ਸਥਿਤ ਤਾਂ ਮੈਂ ਆਪ ਵੀ ਨਾਲ ਹੀ ਬੋਲ ਦਿੱਤਾ ਆਨਸਰ ਤਾਂ ਆਪਸ਼ਨ ਡੀ ਇਸ ਆ ਰਾਈਟ ਆਨਸਰ ਠੀਕ ਹੈ ਇਹ ਉਹ ਸਥਾਨ ਆ ਜਿੱਥੇ ਪਵਿੱਤਰ ਆਦ ਗ੍ਰੰਥ ਦਾ ਸੰਕਲਨ ਕੀਤਾ ਗਿਆ ਸੀ ਨੈਕਸਟ ਗੁਰਦੁਆਰਾ ਗੁਰਦੁਆਰਾ ਪਤਾਲਪੁਰੀ ਕਿੱਥੇ ਸਥਿਤ ਹੈ ਹਾਂਜੀ ਗੁਰਦੁਆਰਾ ਪਤਾਲਪੁਰੀ ਇਹ ਕਿਰਤਪੁਰ ਦੇ ਵਿੱਚ ਸਥਿਤ ਹੈ ਜੀ ਕਿਰਤਪੁਰ ਕਿਰਤਪੁਰ ਬੋਲ ਰਹੀ ਆ ਮੈਂ ਕਿਰਤਪੁਰ ਦੀ ਸਥਾਪਨਾ ਸਾਡੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਕੀਤੀ ਸੀ ਠੀਕ ਹੈ ਇਹ ਗੁਰਦੁਆਰਾ ਕਿਰਤਪੁਰ ਜ਼ਿਲ੍ਹਾ ਰੂਪਨਗਰ ਵਿਖੇ ਸਥਿਤ ਆ ਇਹ ਸਤਲੁਜ ਦਰਿਆ ਦੇ ਕੰਢੇ ਬਣਾਇਆ ਗਿਆ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 1627 ਈਸਵੀ ਵਿੱਚ ਕਿਰਤਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ ਤੇ 1644 ਵਿੱਚ ਗੁਰੂ ਹਰਗੋਬਿੰਦ ਅਤੇ 1661 ਵਿੱਚ ਗੁਰੂ ਹਰ Rai ਜੀ ਦਾ ਸੰਸਕਾਰ ਇੱਥੇ ਕੀਤਾ ਗਿਆ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦੀਆਂ ਅਸਥੀਆਂ ਦਿੱਲੀ ਤੋਂ ਲਿਆਂਦੀਆਂ ਗਈਆਂ ਸਨ ਅਤੇ 1664 ਵਿੱਚ ਇੱਥੇ ਉਤਾਰੀਆਂ ਗਈਆਂ ਸੀ ਠੀਕ ਹੈ ਪਵਿੱਤਰ ਸਥਾਨ ਤੇ ਉਤਾਰੀਆਂ ਗਈਆਂ ਸੀ ਨੈਕਸਟ ਹੈ ਗੁਰਦੁਆਰਾ ਟਿੱਬੀ ਸਾਹਿਬ ਕਿੱਥੇ ਸਥਿਤ ਹੈ ਗੁਰਦੁਆਰਾ ਟਿੱਬੀ ਸਾਹਿਬ ਗੁਰਦੁਆਰਾ ਟਿੱਬੀ ਸਾਹਿਬ ਕਿੱਥੇ ਸਥਿਤ ਹੈ ਜੀ ਤਾਂ ਗੁਰਦੁਆਰਾ ਟਿੱਬੀ ਸਾਹਿਬ ਦੀ ਜੇਕਰ ਅਸੀਂ ਗੱਲ ਕਰੀਏ ਇਹ ਮੁਕਤਸਰ ਵਿੱਚ ਸਥਿਤ ਆ ਆਪਸ਼ਨ ਨੰਬਰ ਏ ਇਸ ਦਾ ਰਾਈਟ ਆਨਸਰ ਹੈ ਕਿੱਕੇ ਜੀ ਗੁਰਦੁਆਰਾ ਟਿੱਬੀ ਸਾਹਿਬ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ ਹੈ ਇਹ ਸਥਾਨ ਉਚਾਈ ਤੇ ਰੇਤਲੇ ਖੇਤਰ ਵਿੱਚ ਸਥਿਤਾ ਟਿੱਬੀ ਦਾ ਅਰਥ ਆ ਇੱਕ ਛੋਟੀ ਜਹੀ ਪਹਾੜੀ ਗੁਰੂ ਸਾਹਿਬ ਨੇ ਮੁਕਤਸਰ ਪਹੁੰਚਣ ਤੇ ਠਹਿਰਨ ਲਈ ਇਸ ਸਥਾਨ ਨੂੰ ਚੁਣਿਆ ਕਿਉਂਕਿ ਇਹ ਖੇਤਰ ਦਾ ਬਹੁਤ ਵਧੀਆ ਦ੍ਰਿਸ਼ ਪ੍ਰਦਾਨ ਕਰਦਾ ਸੀ ਤੇ 40 ਮੁਕਤਿਆਂ ਅਤੇ ਮੁਗਲਾਂ ਵਿਚਕਾਰ ਲੜਾਈ ਦੇ ਦੌਰਾਨ ਗੁਰੂ ਜੀ ਨੇ ਇਸ ਮੁਕਾਮ ਤੋਂ ਮੁਗਲਾਂ ਤੇ ਕੇ ਆਪਣੇ ਸਿੱਖਾਂ ਦੀ ਮਦਦ ਕੀਤੀ ਸੀ ਹਾਂਜੀ ਇਤਿਹਾਸ ਦੱਸਦੇ ਸਮੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੈ ਤਾਂ ਉਸਦੇ ਲਈ ਮੈਂ ਮਾਫੀ ਚਾਹੁੰਨੀ ਆ ਇਸ ਦੇ ਨਾਲ ਮੇਰੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਕਿਉਂਕਿ ਮੈਂ ਤੁਹਾਨੂੰ ਸਟੱਡੀ ਕਰਵਾਉਣੀ ਆ ਤਾਂ ਇਸ ਕਰਕੇ ਜ਼ਰੂਰੀ ਸੀਗਾ ਕਿ ਤੁਹਾਨੂੰ ਸਾਡੇ ਗੁਰਦੁਆਰਾ ਸਾਹਿਬਾਰੇ ਪਤਾ ਹੋਵੇ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੇ ਪੰਜਾਬ ਪੁਲਿਸ ਕਾਂਸਟੇਬਲ ਦੇ ਪੇਪਰ ਹੋਏ ਆ ਜਾਂ ਪਿਛਲੇ ਸਾਲ ਪਟਵਾਰੀ ਦਾ ਵੀ ਪੇਪਰ ਹੋਇਆ ਉਹਨਾਂ ਦੇ ਵਿੱਚ ਇੱਕ ਐਮਸੀਕਿਊ ਜ਼ਰੂਰ ਆਉਂਦਾ ਗੁਰਦੁਆਰੇ ਦਾ ਤਾਂ ਆਪਣੇ ਸਿਲੇਬਸ ਦੇ ਵਿੱਚ ਇਹ ਟੌਪਿਕਸ ਸੀਗਾ ਇਸ ਕਰਕੇ ਮੈਂ ਕਰਵਾਉਣਾ ਪਿਆ ਵੈਸੇ ਤਾਂ ਜਿੱਥੇ ਮਤਲਬ ਕਿ ਥੋੜਾ ਇਤਿਹਾਸਕਾਣ ਦਾ ਡਾਊਟ ਹੋਵੇ ਉਥੇ ਸਹੀ ਨਹੀਂ ਮੰਨਿਆ ਜਾਂਦਾ ਕਿ ਅਸੀਂ ਕਿਸੇ ਵੀ ਦੀ ਵੀ ਚੀਜ਼ ਦੀ ਹਿਸਟਰੀ ਤੁਹਾਨੂੰ ਦੱਸੀਏ ਤਾਂ ਪਰ ਫਿਰ ਵੀ ਮੈਂ ਆਪਦੇ ਵੱਲੋਂ ਜੋ ਐਗਜ਼ਾਮ ਦੇ ਪੁਆਇੰਟ ਆਫ View ਤੋਂ ਇੰਪੋਰਟੈਂਟ ਆ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਬਾਰੇ ਦੱਸਿਆ ਸੋ ਜੇਕਰ ਦੱਸਦਿਆਂ ਦੱਸਦਿਆਂ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਤੇ ਅੱਜ ਦੀ ਇਹ ਵੀਡੀਓ ਨੂੰ ਬਦ ਤੋਂ ਬਦ ਸ਼ੇਅਰ ਜ਼ਰੂਰ ਕਰਨਾ ਤੇ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਵੀ ਜ਼ਰੂਰ ਦੱਸ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ